ਚੋਰੀ ਜ਼ਿਲ੍ਹੇ ਨੇ ਜਹਾਜ਼ ਦੀ ਪਰਮਿਸ਼ਨ ਦੇ ਦਿੱਤੀ। ਇਹ ਰਿਆਸੀ ਦੀ ਜ਼ਿਲ੍ਹਾ ਦੀ ਐਸਾ ਪ੍ਰਸ਼ਾਸਨ ਹੈ, ਇਹ ਤੇ ਵਕਤ ਸੀਗਾ, ਜਹਾਜ਼ਾਂ ਦੀ ਪਰਮਿਸ਼ਨ ਨਹੀਂ ਹੈ। ਬਾਜਵਾ ਪਿੱਟੂ ਫੜੇ ਸਰ, ਇਹ ਜ਼ਿਆਦਾ ਦੇਰ ਤੱਕ ਬਾਜਵਾ ਦੇ ਬਲਾਕ ਪ੍ਰੈਜ਼ੀਡੈਂਟ ਬਣ ਕੇ ਕੰਮ ਕਰੇ ਕਰਦੇ, ਇੱਧਰ ਦਾ ਡੀਸੀ ਔਰ ਇੱਧਰ ਦਾ ਐਸਪੀ। ਅੱਜ ਲੋਕ ਮਹਿਸੂਸ ਕਰਦੇ ਕਿ ਬਾਕੀ ਜਗ੍ਹਾ ਪਰਮਿਸ਼ਨ ਤੇ ਇਸ ਜਗ੍ਹਾ 'ਚ ਪਰਮਿਸ਼ਨ ਕਿਉਂ ਨਹੀਂ, ਅਸੀਂ ਲੋਕਾਂ ਨੂੰ ਮਿਲ ਨਹੀਂ ਸਕਦੇ। ਜਿੰਨੇ ਸਾਨੂੰ ਲੋਕਾਂ ਕੋਲ ਦੂਰ ਰੱਖਣਗੇ, ਲੋਕ ਮਹਿਸੂਸ ਕਰਦੇ ਨੇ ਕਿ ਤਾਨਾਸ਼ਾਹ ਦੀ ਸਰਕਾਰ ਨੂੰ ਹੋਰ ਜ਼ਿਆਦਾ ਤੇਜ਼ ਤਾਕਤ ਨਾਲ ਮੁਕਾਬਲਾ ਕਰਨਾ ਹੈ। ਜੜ ਤੋਂ ਖਾਣਾ ਅੱਜ ਪੂਰੇ ਰਿਆਸੀ ਡਿਸਟ੍ਰਿਕਟ ਨੂੰ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਕੱਲ੍ਹ ਦੀ ਪਰਮਿਸ਼ਨਾਂ ਮੰਗੀ ਦੇ, ਜਹਾਜ਼ ਦੀ ਪਰਮਿਸ਼ਨਾਂ ਮੰਗੀ ਦੇ। ਜਹਾਜ਼ ਵੀ ਆ ਚੁੱਕੇ ਦਾ, ਰਜੌਰੀ ਵਾਲਿਆਂ ਨੇ ਪਰਮਿਸ਼ਨ ਦਿੱਤੀ, ਜੰਮੂ ਵਾਲਿਆਂ ਨੇ ਪਰਮਿਸ਼ਨ ਦਿੱਤੀ, ਇਹ ਜੰਮੂ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਰਿਆਸੀ ਦੀ ਐਡਮਿਨਿਸਟ੍ਰੇਸ਼ਨ। ਮੈਂ ਸਮਝਣਾ ਇਹ ਤਾਨਾਸ਼ਾਹੀ ਦੀ ਹਕੂਮਤ ਹੈ, ਜਿੰਨੇ ਸਾਰੇ ਲੋਕ ਦਿਲ ਤੋਂ ਮਾਣ ਕਰ ਰੱਖਣ ਕਿ ਇਹਨਾਂ ਨੂੰ ਜੜ ਤੋਂ ਖੜ ਕੇ ਬਾਹਰ ਫੈਂਕਣਾ। ਇਹ ਤਾਨਾਸ਼ਾਹੀ ਦੀ ਹਕੂਮਤ ਦੇ ਪਿੱਟੂ ਜ਼ਿਆਦਾ ਦੇਰ ਚੱਲਣ ਵਾਲੇ ਨਹੀਂ ਹਨ। ਮੈਂ ਸਮਝਣਾ ਕਿ ਤੁਹਾਡੇ ਸਾਹਮਣੇ ਉਸ ਮਾਲਕ ਨੇ 150 ਕਿਲੋ ਦਾ ਬੰਦਾ ਸੁੱਟਿਆ ਤੁਹਾਡੇ ਸਾਹਮਣੇ ਮੈਦਾਨ, ਤਾਕਤਵਰ ਇਹ ਸਿਰਫ ਜਿਸਮਾਨੀ ਤਾਕਤ ਨਾ ਸਮਝੋ, ਰੂਹਾਨੀ ਤਾਕਤ ਵੀ ਸਾਡੇ ਲੋਕਾਂ ਨਾਲ ਆ। ਇਸ ਕਰਕੇ ਸਮਝਣਾ ਤੇ ਜਿਵੇਂ ਤਾਨਾਸ਼ਾਹੀ ਦੀ ਇੰਤਹਾ ਹੋ ਗਈ, ਉਹਨੂੰ ਕੋਈ ਨਾ ਕੋਈ ਬਾਹਰ ਕੱਢਣ ਵਾਸਤੇ ਜ਼ਰੂਰ ਆਏਗਾ। ਅਸੀਂ ਹਿੰਦੁਸਤਾਨ ਬਚਾਉਣਾ, ਹਿੰਦੁਸਤਾਨ ਦਾ ਕਾਂਸਟੀਟਿਊਸ਼ਨ ਬਚਾਉਣਾ। ਮੋਦੀ ਸਰਕਾਰ ਜਿਹੜੀ ਕਾਂਸਟੀਟਿਊਸ਼ਨ ਛੇੜਛਾੜ ਕਰ ਰਹੀ ਹੈ ਅੰਬੇਡਕਰ ਦੇ ਕਾਂਸਟੀਟਿਊਸ਼ਨ ਨੂੰ, ਉਹਨੂੰ ਬਚਾਉਣਾ। ਉਹ ਬਚੇਗਾ ਕਿ ਸਾਰੇ ਮੁਲਕ ਦੇ ਸਾਰੇ ਬਰਾਦਰੀ ਲੋਕ ਇਕੱਠੇ ਰਹਿਣਗੇ। ਅੱਜ ਬਰਾਦਰੀ ਭਾਈਚਾਰੇ ਦੀ ਲੜਾਈ ਹੈ ਔਰ ਫਿਰਕਾ ਪ੍ਰਸਤਾਂ ਨਾਲ ਲੜਾਈ ਹੈ। ਅਸੀਂ ਬਰਾਦਰੀ ਭਾਈਚਾਰੇ ਨਾਲ ਇੱਥੇ ਬੈਠੇ ਜਿਹੜੀ ਫੁੱਲਵਾੜੀ ਹੈ, ਉਸ ਚੀਜ਼ ਨੂੰ ਤਾਕਤ ਦੇਣੀ ਹੈ। ਇਸ ਕਰਕੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਆਇਆ, 26 ਤਰੀਕ ਹੱਥ ਦੇ ਨਿਸ਼ਾਨ ਦੇ ਅੱਗੇ ਬਟਨ ਦਬਾਉਣਾ ਔਰ ਗਠਬੰਧਨ ਦੀ ਸਰਕਾਰ ਦੇ ਸਾਰੇ ਨੁਮਾਇੰਦੇ ਜਿਤਾਉਣਾ। ਜਿਹੜੇ ਭਾਜਪਾ ਦੇ ਲੋਕ ਬੜੇ ਬੜੇ ਨਾਰੇ, ਡਾਂਸ, ਐਕਟਰ, ਡਾਇਰੈਕਟਰ ਸਾਰੇ ਸਲਾਕੇ ਸਨ, ਜਿਹੜੇ ਨੁਮਾਇੰਦੇ ਨਹੀਂ ਖੜਾ ਕਰ ਸਕੇ, ਉਹ ਮੁੰਡੂ ਹੀ ਉਹਨਾਂ ਦਾ ਬੁਰਾ ਹਾਲਤ ਹੋ ਚੁੱਕੀ ਹੈ। ਜੰਮੂ ਕਸ਼ਮੀਰ ਦੇ ਹਾਲਾਤ ਨੂੰ ਗੁੰਮਰਾਹ ਕਰਕੇ ਪੁਲਵਾਮਾ ਦੇ ਸ਼ਹੀਦਾਂ ਦੇ ਉੱਪਰ ਸਰਕਾਰ ਬਣਾਈ ਹੈ। ਇਹ ਮੈਂ ਨਹੀਂ ਕਹਿੰਦਾ, ਸੱਤਿਆਪਾਲ ਮਲਿਕ ਨੇ ਕਿਹਾ ਕਿ ਮੋਦੀ ਸਾਹਿਬ ਅਗਰ ਜਹਾਜ਼ ਫੌਜੀਆਂ ਨੂੰ ਦੇਣ ਦੇ, ਸੀਆਰਪੀ ਨੂੰ ਅੱਜ ਇੰਨੀ ਸ਼ਹਾਦਤ ਨਹੀਂ ਹੁੰਦੀ। ਮਹਿਸੂਸ ਕਰਦੇ ਹੋ ਨਾ, ਪਹਿਲੇ ਅਗਰ ਅਸੀਂ ਕਹਿੰਦੇ, ਲੋਕ ਕਹਿੰਦੇ ਨਹੀਂ ਇਹ ਗਲਤ ਕਰਦੇ, ਉਹ ਸ਼ਹੀਦਾਂ ਦੇ ਉੱਪਰ ਸਰਕਾਰ ਬਣੀ, ਲੋਕ ਗੁੰਮਰਾਹ ਹੋ ਗਏ। 15 ਲੱਖ ਦੇ ਜੁਮਲੇ ਉੱਪਰ ਸਰਕਾਰ ਬਣੀ, ਗੁੰਮਰਾਹ ਹੋ ਗਏ। 2 ਕਰੋੜ ਨੌਕਰੀਆਂ ਦੇ ਝਾਂਸਾ ਦੇ ਕੇ ਸਰਕਾਰ ਬਣੀ, ਲੇਕਿਨ ਅੱਜ ਸਾਨੂੰ ਕੀ ਮਿਲਿਆ? ਅੱਜ ਜੰਮੂ 'ਚ ਕੋਈ ਇਨਵੈਸਟਰ ਬਾਹਰ ਦਾ ਨਹੀਂ ਆਇਆ ਕਿ ਸਾਡੇ ਲੋਕਾਂ ਨੂੰ ਰੋਜ਼ਗਾਰ ਮਿਲੇ। ਕੋਰੋਨਾ ਦੇ ਬਾਅਦ ਲੋਕਾਂ ਦੀ ਪੈਸੇ ਦੀ ਤਾਕਤ ਖਤਮ ਹੋ ਗਈ, ਟੈਕਸ ਵਸੂਲਣ ਵਾਲੀ ਸਰਕਾਰ ਆ ਗਈ। ਅੱਜ ਉਹ ਜ਼ਰੂਰਤ ਹੈ ਕਿ ਤੁਹਾਡੇ ਸਾਰੇ ਲੋਕਾਂ ਦੀ ਦਿੱਕਤਾਂ ਨੂੰ ਸਮਝਦੇ ਹੋਏ ਅਸੀਂ ਇੱਕ ਹਿੰਦੂ ਮੁਸਲਿਮ ਸਿੱਖ ਇਤਿਹਾਸ ਨੂੰ ਮਜ਼ਬੂਤੀ ਦਈਏ, ਭਾਈਚਾਰੇ ਦੀ ਤਾਕਤ ਨੂੰ ਮਜ਼ਬੂਤੀ ਦਈਏ, ਸੈਕੂਲਰ ਫੋਰਸਿਸ ਨੂੰ ਮਜ਼ਬੂਤੀ ਦਈਏ। ਡਾਕਟਰ ਫਾਰੂਕ ਅਬਦੁੱਲਾ ਸਾਹਿਬ ਦਾ ਮੈਂ ਸ਼ੁਕਰਗੁਜ਼ਾਰ ਹਾਂ, ਮੇਰੇ ਨਾਲ ਚੱਲ ਕੇ ਫਾਰਮ ਭਰਾਉਣਗੇ। ਉਹਨੇ ਕਹਿੰਦੇ ਅੱਜ ਹਿੰਦੁਸਤਾਨ 'ਚ ਕਾਂਸਟੀਟਿਊਸ਼ਨ ਬਚਾਉਣਾ। ਉਹ ਡਾਕਟਰ ਅੰਬੇਡਕਰ ਸਾਹਿਬ ਨੇ ਜਿਹੜਾ ਬੜਾ ਬਰੀਕੀ ਨਾਲ ਲਿਖ ਕੇ ਦਿੱਤਾ, ਜਿਹਦੇ ਸਾਨੂੰ ਪ੍ਰੋਟੈਕਸ਼ਨ ਮਿਲੀ, ਅੱਜ ਉਸ ਕਾਂਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਵੀ ਤੁਹਾਡੇ ਸਮਰਥਨ ਦੀ ਜ਼ਰੂਰਤ ਹੈ। ਮੈਂ ਅਪੀਲ ਕਰਾਂਗਾ ਕਿ ਸਾਰੇ ਸਾਥੀ 26 ਤਰੀਕ ਹੱਥ ਦੇ ਵੋਟ ਦੇ ਅੱਗੇ ਬਟਨ ਦਬਾਉਣਾ, ਸਾਡੇ ਲੋਕਾਂ ਨੂੰ ਕਾਮਯਾਬ ਕਰਨਾ ਤਾਂ ਕਿ ਅਸੀਂ ਰਿਆਸਤ ਦਾ ਦਰਜਾ ਫੌਰੀ ਤੌਰ 'ਤੇ ਵਾਪਸ ਲਈਏ। ਅਸੀਂ ਮੁਲਾਜ਼ਮਾਂ ਦੇ ਨਾਲ ਵੀ ਹਾਂ, ਮੁਲਾਜ਼ਮ ਅੱਜ ਰਿਟਾਇਰ ਹੁੰਦਾ, ਨਵੀਂ ਪੈਨਸ਼ਨ ਸਕੀਮ ਹੈ, ਅਸੀਂ ਜਿਹੜੇ ਆ ਗਏ ਅਸੀਂ ਪੁਰਾਣੀ ਪੈਨਸ਼ਨ ਸਕੀਮ ਦੇ ਨਹੀਂ। ਅੱਜ ਕੋਈ ਮੁਲਾਜ਼ਮ ਵੀ ਰਿਟਾਇਰ ਹੋਏ ਉਹਨੂੰ ਪੈਸਾ ਨਹੀਂ ਮਿਲ ਰਿਹਾ, 3-3 ਸਾਲ ਦਾ ਪੈਸਾ ਨਹੀਂ ਮਿਲਦਾ। ਅਸੀਂ ਮੁਲਾਜ਼ਮਾਂ ਦੀ ਹਮਦਰਦ ਹੈ, ਮੁਲਾਜ਼ਮਾਂ ਦੀ ਮਜਬੂਰੀ ਹੈ ਕਿ ਭਾਜਪਾ ਸਰਕਾਰ ਦੇ ਨਾਲ ਹੁਕਮ ਆਉਣਾ ਨਾ ਮਿਲਾਣੀ, ਲੇਕਿਨ ਜ਼ਿਆਦਾ ਦੇਰ ਤੱਕ ਨਹੀਂ ਚੱਲਣਾ। ਅਸੀਂ ਮੁਲਾਜ਼ਮਾਂ ਦੀ ਵੀ ਗੱਲ ਕਰਨੀ, ਅੱਜ ਮੁਲਾਜ਼ਮਾਂ ਉੱਪਰ ਦਬਾਅ ਪਾ ਕੇ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ। ਮੈਂ ਉਮੀਦ ਕਰਾਂਗਾ ਕਿ ਤੁਹਾਡੇ ਸਾਰੇ ਸਾਥੀਆਂ ਦਾ ਸਾਥ ਮਿਲੇ, ਸਮਰਥਨ ਮਿਲੇ। ਅਸੀਂ ਇੱਕ ਇੱਕ ਤਬਕੇ ਦੀ ਗੱਲ ਕਰਾਂਗੇ, ਬੱਚਿਆਂ ਦੀ ਗੱਲ ਕਰਾਂਗੇ, ਜਿਹੜੀ ਸਰਕਾਰ ਨੌਜਵਾਨਾਂ ਦਾ ਰੋਜ਼ਗਾਰ ਖੋ ਸਕੇ। ਆਪੋ ਮੋਦੀ ਸਾਹਿਬ 3ਰੀ ਵਾਰੀ 15 ਸਾਲ ਦਾ ਟਾਈਮ ਮੰਗਦੇ ਨੇ,
ਜਿਹੜੇ ਨੌਜਵਾਨ ਭਰਤੀ ਹੋਣ ਜਾਏ ਉਹਨੇ ਕਹਿੰਦੇ ਤੂੰ 4 ਸਾਲ ਦੀ ਨੌਕਰੀ ਕਰਦੇ ਵਾਪਸ ਆ ਜਾ, ਆਪੂ 15 ਸਾਲ ਦਾ ਟਾਈਮ ਲੈਣਾ, ਤੀਸਰੀ ਵਾਰੀ ਮਿਲਦੇ ਨੇ। ਲੇਕਿਨ ਨੌਜਵਾਨਾਂ ਨੂੰ ਹੋਰ ਜਿਹੜੇ ਦੇਸ਼ ਦੀ ਜਾਨ ਵਾਸਤੇ ਜਾਨ ਦੇਣਾ ਚਾਹੁੰਦੇ ਜਾਨ ਇੱਥੇ ਨੀਂਦੇ ਰੱਖ ਕੇ ਕਰਦੇ ਉਹਨੂੰ ਕਹਿੰਦੇ 4 ਸਾਲ ਦੀ ਨੌਕਰੀ ਕਰ। ਅਸੀਂ ਇਹ ਸਾਰੀਆਂ ਸਕੀਮਾਂ ਵਾਪਸ ਕਰਕੇ ਇਹਨਾਂ ਨੂੰ ਵਾਪਸ ਦਿੱਲੀ ਭੇਜਣੀਆਂ। ਸਾਨੂੰ ਉਹ ਚਾਹੀਦਾ ਜਿਹੜੀ ਪਰਮਾਨੈਂਟ ਨੌਕਰੀ ਹੋਏ, ਡੇਲੀ ਵੇਜਰ ਪੱਕਾ ਹੋਏ, ਕੈਜੂਅਲ ਲੇਬਰ ਪੱਕਾ ਹੋਏ, ਐਸਪੀਓ ਦੀ ਰੈਗੂਲਰਾਈਜੇਸ਼ਨ ਹੋਏ। ਅੱਜ ਜੈਕ ਲਾਈ ਜਿਹੜੀ ਸਾਡੀ ਇੱਕ ਬੜੀ ਮਾਨ ਸੀ, ਅੱਜ ਜੈਕ ਲਾਈ ਦੀ ਵੀ ਧੱਜੀ ਉਹਨਾਂ ਦੇ ਪੂਰੇ ਹਿੰਦੁਸਤਾਨ ਦੇ ਲੋਕ ਪਾਤੇ, ਸਾਡੀ ਉਹਦੀ ਵੀ ਪਛਾਣ ਖਤਮ ਕਰਤੀ ਜਿਹੜੇ ਭਾਜਪਾ ਦੇ ਲੋਕ। ਭਾਜਪਾ ਇਹ ਜਿਸਨੇ ਵੀ ਆਪਣੇ ਇਲਾਕੇ ਦੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਨਹੀਂ ਕੀਤਾ, ਇਹਨਾਂ ਨੂੰ ਕੋਈ ਮੈਂਡੇਟ ਨਹੀਂ ਸੀ ਸਾਡੀ ਰਿਆਸਤ ਤੋੜਨ ਦਾ, ਇਹਨਾਂ ਨੂੰ ਕੋਈ ਮੈਂਡੇਟ ਨਹੀਂ ਸੀ ਸਾਨੂੰ ਯੂਟੀ ਬਣਾਉਣ ਦਾ। ਅੱਜ ਭਾਜਪਾ ਇਸ ਜਗ੍ਹਾ 'ਚ ਸਾਨੂੰ ਦੂਸਰੇ ਨੰਬਰ 'ਤੇ ਲਿਆਉਂਦਾ ਅਤੇ ਭਾਜਪਾ ਜ਼ਿੰਮੇਵਾਰ ਹੈ। ਤੁਹਾਡੇ ਸਾਰੇ ਬੁੱਧੀਜੀਵੀ ਲੋਕ ਜਿਹੜੇ ਵੀ ਇਸ ਇਲਾਕੇ ਦੀ ਮਿੱਟੀ ਨਾਲ ਪਿਆਰ ਕਰਦੇ ਨੇ, ਆਪਣੀ ਆਤਮਾ ਪੁੱਛ ਕੇ ਆਪਣੇ ਆਪ ਮੇਰਾ ਬੂਥ ਦੇ ਏਜੰਟ ਹੋਏ ਜਾਂ ਨਾ ਹੋਏ, ਉਸ ਮਿੱਟੀ ਨਾਲ ਪਿਆਰ ਕਰਦੇ ਜਾਂਦੇ ਬੂਥ 'ਤੇ ਜ਼ਬਰਦਸਤ ਬਾਣਾ ਬੀਜੇਪੀ ਦੇ ਖਿਲਾਫ, ਜਿਹਨੇ 3500 ਸਕੂਲ ਜੰਮੂ ਕਸ਼ਮੀਰ ਬੰਦ ਕਰਤੇ, ਜਿਹਨੇ ਰੋਜ਼ਗਾਰ ਬੰਦ ਕਰਤਾ, ਜਿਹਨੇ 2014 ਤੋਂ ਲੈ ਕੇ 2024 ਦੇ ਵਿੱਚ ਸਿਰਫ ਨੌਕਰੀ ਦੇ ਘੁਟਾਲੇ ਦਿੱਤੇ, ਜਲ ਮਿਸ਼ਨ 'ਚ 1000 ਕਰੋੜ ਰੁਪਇਆ ਖਾ ਗਏ। ਇਹ ਮੈਂ ਨਹੀਂ ਕਹਿੰਦਾ, ਇਹ ਜੰਮੂ ਕਸ਼ਮੀਰ ਦੇ IAS ਅਫਸਰ ਕਹਿੰਦੇ। ਆਯੁਸ਼ਮਾਨ ਕਾਰਡ ਕਿਤੇ ਚੱਲਿਆ ਨਹੀਂ 5 ਲੱਖ ਦੇ ਵਿੱਚ, ਲੋਕ ਪਰੇਸ਼ਾਨ ਹਨ, ਬੜੀਆਂ ਤਕਲੀਫਾਂ, ਕਿਉਂਕਿ ਅੱਜ ਕੰਪੇਨ ਬੜੀ ਹੈ। ਮੈਂ ਤੁਹਾਡੇ ਵਿੱਚ ਦੁਬਾਰਾ ਆਵਾਂਗਾ, ਲੇਕਿਨ ਘਬਰਾਓ ਨਹੀਂ, ਮਾਤਾ ਵੈਸ਼ਨੋ ਦੇਵੀ ਦਾ ਆਸ਼ੀਰਵਾਦ, ਬੰਬ ਬੰਬ ਬੋਲੇ ਦਾ ਆਸ਼ੀਰਵਾਦ, ਜਿਹਨਾਂ ਦਾ ਆਸ਼ੀਰਵਾਦ ਲੈ ਕੇ ਚੱਲਣੇ ਆ, ਅੱਗੇ ਰਸਤੇ ਬਿਲਕੁਲ ਕਲੀਅਰ, ਕੋਈ ਤਕਲੀਫ ਨਹੀਂ। ਜੰਮੂ ਸ਼ਹਿਰ 'ਚ ਅਸੀਂ 90% ਵੋਟ ਲੈ ਕੇ ਅੱਗੇ ਜਾ ਰਹੇ ਹਾਂ, ਇਹ ਮੈਂ ਤੁਹਾਨੂੰ ਦੱਸਦਾ। ਅੱਜ ਉਹ ਵਕਤ ਨਹੀਂ ਰਿਹਾ, ਅੱਜ ਉਹ ਵਕਤ ਨਹੀਂ ਰਿਹਾ ਕਿ ਅੱਜ ਪਿਛਲੇ ਦੌਰ ਚਲੇ ਗਿਆ। ਲੋਕਾਂ ਦਾ ਗੁੱਸਾ ਬੜਾ ਜ਼ਿਆਦਾ, ਇਹ ਸਮਾਰਟ ਮੀਟਰ ਨੇ ਇਹਨਾਂ ਨੂੰ ਉਠਾਇਆ, ਅਗਰ ਇੰਨਾ ਦਮ ਹੁੰਦਾ ਜੰਮੂ ਸ਼ਹਿਰ 'ਚ ਕਾਰਪੋਰੇਸ਼ਨ ਦੀ ਚੋਣ ਕਰਵਾ ਲੈਂਦੇ, ਨਹੀਂ ਕਰਾ ਸਕੇ, ਜੰਮੂ ਕਸ਼ਮੀਰ ਪੰਚਾਇਤਾਂ ਦੇ ਚੋਣ ਕਰਵਾਉਂਦੇ, ਨਹੀਂ ਕਰਾ ਸਕੇ। ਇਸ ਦਾ ਮਤਲਬ ਕਿ ਤੁਹਾਡੀ ਤਾਕਤ ਬਹੁਤ ਜ਼ਿਆਦਾ, ਤੁਸੀਂ ਆਪਣੀ ਤਾਕਤ ਨੂੰ ਪਹਿਚਾਨੋ, ਵੋਟਾਂ ਦੇ ਜ਼ਰੀਏ ਉਹਨਾਂ ਤਾਕਤਾਂ ਦਾ ਡਟ ਕੇ ਮੁਕਾਬਲਾ ਕਰੋ ਜਿਹਨਾਂ ਨੇ ਜੰਮੂ ਕਸ਼ਮੀਰ ਤਬਾਹੀ ਔਰ ਜੰਮੂ ਦੇ ਲੋਕਾਂ ਨੂੰ ਖੂਨ ਦੇ ਅਥਰੂ ਰਲਾਇਣ। ਅੱਜ ਤੁਹਾਡੇ ਵਿੱਚ ਬਚਾਵ ਜਾਂ, ਮੈਂ ਤੁਹਾਡੇ ਸਰ ਲਾਲ ਸਿੰਘ ਹੋਰੀ ਜਾਤੀ ਤੌਰ 'ਤੇ ਆਉਣਾ ਚਾਹੁੰਦੇ ਸਨ, 20 ਤਰੀਕ ਉਹਨਾਂ ਦਾ ਕੰਪੇਨ ਖਤਮ ਹੋਈ, 19 ਤਰੀਕ ਆ ਜਾਣਾ ਚਾਹੁੰਦੇ ਸਨ, ਲੇਕਿਨ ਪ੍ਰਸ਼ਾਸਨ ਨੇ ਕਿਹਾ ਨਾ ਰਜੌਰੀ ਨਹੀਂ, ਰਿਆਸੀ ਨਹੀਂ ਆਉਣਾ, ਬਾਕੀ ਹੁਣ ਸੁੰਦਰਬਣੀ ਕਰਨਗੇ ਰੋਕ ਸਕਣ, ਜਹਾਜ਼ ਉੱਤੇ ਉਤਰ ਗਿਆ, ਸੁੰਦਰਬਣੀ ਕਰੇਗਾ, ਕੋਈ ਕਾਲਾਕੋਟ ਵੀ ਜਾਣਾ, ਸਾਰੀ ਜਗ੍ਹਾ ਜਾਣਾ, ਬਾਕੀ ਸਾਰੇ ਇਲਾਕੇ ਜਾਣਾ, ਲੇਕਿਨ ਰਿਆਸੀ ਜਨੂ ਜਤਿੰਦਰ ਸਿੰਘ ਤੋਂ ਬੜੀ ਪਰੇਸ਼ਾਨੀ ਹੈ। ਇਹਨਾਂ ਦੇ ਪਿੱਠੂ ਜਿਹੜੇ ਅਫਸਰ ਨਾ ਜ਼ਿਆਦਾ ਦੇਰ ਤੱਕ ਚੱਲਣੇ ਵਾਲੇ ਨਹੀਂ, ਜਿਹਨਾਂ ਦੇ ਕਹਿਣ ਦੇ ਉੱਪਰ ਸਾਡੀ ਪਰਮਿਸ਼ਨ, ਅਸੀਂ ਲੋਕਾਂ ਦੇ ਦਿਲਾਂ 'ਚ ਚੌਧਰੀ ਲਾਲ ਸਿੰਘ ਸਾਡੀ ਜਗ੍ਹਾ ਲੋਕਾਂ ਦੇ ਦਿਲਾਂ 'ਚ ਵਿੱਚ ਹੈ, ਇਹ ਵਾਹ ਦੋਰੇ ਨਹੀਂ ਹਨ ਸਾਡੇ। ਇਸ ਕਰਕੇ ਮੈਂ ਮਾਫੀ ਮੰਗਾ ਕਿ ਲਾਲ ਸਿੰਘ ਸੁੰਦਰਬਣੀ 'ਚ ਪੁੱਜ ਗਏ, ਤੁਹਾਡਾ ਪ੍ਰੋਗਰਾਮ ਪੁੱਜਾਂਗੇ ਕਿ ਤੁਹਾਡੇ ਚਾਣੇ ਬੜੇ, ਲੇਕਿਨ ਪ੍ਰਸ਼ਾਸਨ ਨੂੰ ਵੀ ਮੈਂ ਸਮਝਣਾ ਸ਼ੀਸ਼ਾ ਦੇਖਣਾ ਚਾਹੀਦਾ ਕਿ ਬਦਬੂਤ ਕਰਾਣਾ ਕਰਨ। ਅਸੀਂ ਜਗ੍ਹਾ ਜਿੱਥੇ ਜਹਾਜ਼ ਉਤਾਰ ਕੇ, ਮੈਂ ਆਪੂ ਆਇਆ 3 ਵਾਰ ਕੈਬਨਿਟ ਮਿਨਿਸਟਰ, ਜਗ੍ਹਾ ਸਾਫ਼ ਸੀ, ਇਸ ਕਰਕੇ ਉਹਨਾਂ ਨੇ ਪਾਬੰਦੀਆਂ ਲਾਈਆਂ, ਅਸੀਂ ਉਹਨਾਂ ਦੀ ਗੱਲਾਂ ਨਾ ਜਾਣਦੇ। ਤੁਹਾਨੂੰ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਦੇ ਕਿ ਤੁਸੀਂ ਸਾਰੇ ਆਏ ਔਰ 26 ਤਰੀਕ ਹੱਥ ਦੇ ਨਿਸ਼ਾਨ ਲੱਗੇ ਬਟਨ ਦਬਾਉਣ ਅਤੇ ਗਠਬੰਧਨ ਨੂੰ, ਸਰਕਾਰਾਂ ਨੂੰ, ਨੁਮਾਇੰਦਿਆਂ ਨੂੰ ਕਾਮਯਾਬ ਕਰਨ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ।